ਜੀ ਮੈਂ 26 ਤਰੀਕ ਦਾ ਇਹਨਾਂ ਕੋਲ ਆਇਆ ਹੋਇਆ ਜੀ, ਤੇ ਇਕੱਲੇ ਇਕੱਲੇ ਮੈਂਬਰ ਨੂੰ ਬਹਾਨ ਨੂੰ ਥਾਣੀ ਮਿਲਦੀ ਵੀ ਮੈਨੂੰ ਇੰਨਾ ਇੱਜ਼ਤਮਾਨ ਮਿਲਦਾ ਪਿਆ। ਤੇ ਉਹ ਤਾਂ ਮੈਂ ਐਜ਼ ਇੱਕ ਵੈਸੇ ਮਜ਼ਾਕੀਆ ਤੌਰ 'ਤੇ ਸ਼ੁਰੂ ਕੀਤਾ ਸੀ, ਦੋ ਕੁ ਦਿਨ ਦਰਸ਼ਕਾਂ ਨੂੰ ਖੁਸ਼ ਕੀਤਾ। ਤੀਜੇ ਦਿਨ ਮੈਂ ਗਿਆ ਨਹੀਂ, 10 ਦਿਨ ਦਾ ਟੂਰਨਾਮੈਂਟ ਸੀਗਾ, ਅਤੇ ਉੱਥੋਂ ਮੈਨੂੰ ਫੋਨ ਆ ਲੱਗੇ ਕਮੇਟੀ ਦੇ ਵੀ ਬੰਦੇ ਕਹਿ ਰਹੇ ਵੀ ਅਸੀਂ ਪੱਪੂ ਪਟਾਕਾ ਦੇਖਣਾ, ਅਸੀਂ ਮੈਚ ਮੁਚ ਦੇਖਣ ਨਹੀਂ ਆਏ। ਦੇਸ਼ ਭਰ ਦੇ ਵਿੱਚ ਕਲਾ ਦੇ ਸਿਰ ਤੋਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਪ੍ਰਸਿੱਧ ਹੋਏ ਨੇ, ਔਰ ਅਲੱਗ ਅਲੱਗ ਤਰ੍ਹਾਂ ਦੀ ਜਿਹੜੀ ਕਲਾ ਹੈਗੀ ਆ ਕਿਤੇ ਨਾ ਕਿਤੇ ਉਹਨਾਂ ਦੇ ਰੁਜ਼ਗਾਰ ਦਾ ਵੱਡਾ ਸਾਧਨ ਵੀ ਬਣੀ ਹੈਗੀ ਆ। ਤਾਂ ਤਸਵੀਰਾਂ ਦੇ ਵਿੱਚ ਅੱਜ ਇਸ ਵਿਅਕਤੀ ਨਾਲ ਜਿਹਦੇ ਨਾਲ ਅਸੀਂ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਤਾਂ ਉਸ ਵਿਅਕਤੀ ਦੀ ਵੀ ਖਾਸੀਅਤ ਉਸਦੀ ਕਲਾ ਹੀ ਹੈ। ਔਰ ਇਸ ਸਮੇਂ ਮੈਂ ਇੱਕ ਤੁਸੀਂ ਦੇਖ ਸਕਦੇ ਹੋ ਕਿ ਕ੍ਰਿਕਟ ਦੇ ਟੂਰਨਾਮੈਂਟ ਦੇ ਵਿੱਚ ਮੌਜੂਦ ਹਾਂ, ਜਿੱਥੇ ਬਕਾਇਦਾ ਜਿਹੜੇ ਨੌਜਵਾਨ ਨੇ ਜਿਹਨਾਂ ਵੱਲੋਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਉਹ ਹਾਜ਼ਰ ਨੇ, ਔਰ ਇਸ ਦੇ ਨਾਲ ਹੀ ਜਿਹੜੀ ਮੈਂ ਕਲਾ ਤੋਂ ਜਿਸ ਤੋਂ ਗੱਲ ਸ਼ੁਰੂ ਕੀਤੀ ਹੈਗੀ ਆ, ਤਾਂ ਪੱਪੂ ਪਟਾਕਾ ਜੀ ਜਿਹੜੇ ਹੈਗੇ ਆ ਉਹ ਮੇਰੇ ਨਾਲ ਹੈਗੇ ਆ। ਤਾਂ ਖਾਸੀਅਤ ਜਿਹੜੀ ਹੈਗੀ ਆ ਗੱਲ ਉਹ ਬਿਲਕੁਲ ਤਸਵੀਰਾਂ ਦੇ ਨਾਲ ਨਾਲ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਚੀਜ਼ ਨੂੰ ਲੈ ਕੇ ਅਸੀਂ ਖਾਸੀਅਤ ਜਾਂ ਫਿਰ ਕਲਾਕਾਰੀ ਦੀ ਗੱਲ ਕਰ ਰਹੇ ਹਾਂ, ਕਿਉਂਕਿ ਕਲਾ ਦੇ ਨਾਲ ਜਿੱਥੇ ਕਿੱਤੇ ਜੁੜੇ ਹੁੰਦੇ ਨੇ ਉੱਥੇ ਨਾ ਕਿਤੇ ਨਾ ਕਿਤੇ ਇੰਟਰਟੇਨਮੈਂਟ ਜਿਹੜਾ ਹੈਗਾ ਉਹ ਵੀ ਮੁੱਖ ਤੌਰ ਦੇ ਉੱਤੇ ਗਿਣਿਆ ਜਾਂਦਾ ਹੈ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਭਾਈ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਏ ਹੋ ਭਾਜੀ? ਭਾਜੀ ਮੈਂ ਸਰਸੇ ਤੋਂ ਆਇਆ ਜੀ। ਠੀਕ ਹੈ, ਜ਼ਿਲ੍ਹਾ ਹਰਿਆਣਾ। ਤੇ ਇਸ ਆਪਾਂ ਇਸ ਸਮੇਂ ਰਹੀਏ ਜਾਂ ਕਿੰਨੀ ਕੁ ਦੂਰੀ ਜਿਹੜੀ ਹੈਗੀ ਆ ਸਰਸੇ ਦੀ? ਜੀ ਮੈਨੂੰ 325 ਕਿਲੋਮੀਟਰ ਪੈ ਗਈ ਜੀ। ਹਾਂਜੀ, ਪੱਪੂ ਪਟਾਕੇ ਦਾ ਨਾਮ ਹੈਗਾ ਵਾ, ਮਾਝੇ 'ਚ ਅੱਜ ਪਹਿਲੀ ਵਾਰੀ ਆਏ? ਹਾਂਜੀ ਪਹਿਲੀ ਵਾਰੀ ਆਇਆ ਜੀ ਮਾਝੇ 'ਚ ਮੈਂ, ਅਤੇ ਮੈਂ ਆਪਦੇ ਆਪ ਨੂੰ ਬੜਾ ਸੁਭਾਗਿਆ ਸਮਝਦਾ ਵੀ ਮੈਨੂੰ ਸੱਦਿਆ, ਅਤੇ ਮੈਂ ਗੁਰੂਆਂ ਪੀਰਾਂ ਧਰਤੀ 'ਤੇ ਆਇਆ, ਅਤੇ ਬੜਾ ਮੈਨੂੰ ਸਵਾਦ ਆ ਰਿਹਾ ਜੀ। ਕਿੰਨੇ ਦਿਨ ਦਾ ਟੂਰਨਾਮੈਂਟ ਹੈਗਾ ਔਰ ਕਿੰਨਾ ਕੁ ਪਿਆਰ ਪਹਿਲਾਂ ਤਾਂ ਆਪਾਂ ਕਹਿ ਦਈਏ ਕਿ ਕਲਾ ਜਿਹੜੀ ਹੈਗੀ ਉਹ ਤਸਵੀਰਾਂ ਦੇ ਨਾਲ ਨਾਲ ਆਪਣੇ ਦਰਸ਼ਕਾਂ ਦੇ ਨਾਲ ਜ਼ਰੂਰ ਸਾਂਝੀ ਕਰਦੇ ਜਾਵਾਂਗੇ ਅਸੀਂ, ਕਿਸ ਤਰ੍ਹਾਂ ਦਾ ਪਿਆਰ ਜਿਹੜਾ ਹੈਗਾ ਇੱਥੋਂ ਦੇ ਨੌਜਵਾਨ ਜਿਨ੍ਹਾਂ ਨੇ ਸੱਦਿਆ ਕਿੱਦਾਂ ਦਾ ਮਿਲਿਆ ਹੋਰ ਜਿਹੜੇ ਸਥਾਨਕ ਲੋਕ? ਜੀ ਮੈਂ 26 ਤਰੀਕ ਦੇ ਇਹਨਾਂ ਕੋਲ ਆਇਆ ਹੋਇਆ ਜੀ, ਅਤੇ ਇਕੱਲੇ ਇਕੱਲੇ ਮੈਂਬਰ ਨੂੰ ਬਹਾਨ ਨੂੰ ਥਾਣੀ ਮਿਲਦੀ ਵੀ ਮੈਨੂੰ ਇੰਨਾ ਇੱਜ਼ਤਮਾਨ ਮਿਲਦਾ ਪਿਆ, ਅਤੇ ਇਹ ਲਾ ਲਓ ਕਿ ਮੈਂ ਆਪਦੇ ਪਰਿਵਾਰ 'ਚ ਹੀ ਬੈਠਾ ਜੀ, ਅਤੇ ਘਰੇ ਮੈਨੂੰ ਰੋਜ਼ ਮਾਤਾ ਨੂੰ ਇਹ ਹੀ ਫੜਾਉਂਦਾ ਬੰਦੇ ਕਿਵੇਂ ਨੇ, ਅਤੇ ਮੈਂ ਹੀ ਕਹਿੰਦਾ ਬੰਦੇ ਹੀਰੇ ਬੰਦੇ ਜਿਹਨੂੰ ਕਹਿੰਦੇ ਆ ਜੀ, ਹੀਰੇ ਬੰਦੇ ਸਾਰੇ, ਇਕੱਲੇ ਇਕੱਲੇ ਬੰਦੇ ਹੀਰੇ ਜੀ। ਪੱਪੂ ਜੀ ਇੱਦਾਂ ਵਾ ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਅਦਾਕਾਰੀ ਜਾਂ ਕਲਾਕਾਰੀ ਜਿਹੜੇ ਹੈਗੇ ਉਹ ਡਿਫਰੈਂਟ ਪੈਟਰਨ ਦੇ ਉੱਤੇ ਬਹੁਤ ਸਾਰੇ ਲੋਕ ਅਲੱਗ ਅਲੱਗ ਤਰ੍ਹਾਂ ਨਾਲ ਇਹ ਆਪਣਾ ਜਿਹੜਾ ਕਹਿ ਸਕਦੇ ਆ ਕਿ ਹੁਨਰ ਨੂੰ ਜਦੋਂ ਪ੍ਰਦਰਸ਼ਿਤ ਕਰਦੇ ਆ ਤੇ ਉਹਦੇ ਨਾਲ ਇੱਕ ਨਾਮ ਜਿਹੜਾ ਹੈਗਾ ਦੇਸ਼ ਦੁਨੀਆ ਦੇ ਵਿੱਚ ਬਣਦਾ, ਕਿੰਨਾ ਕੁ ਚਿਰ ਹੋ ਗਿਆ ਇਸ ਹੁਨਰ ਦੇ ਨਾਲ ਜੁੜਿਆ ਜਾਂ ਕਿੱਦਾਂ ਤੁਹਾਡੇ ਮਨ 'ਚ ਇਹ ਕਨਸੈਪਟ ਆਇਆ ਕਿ ਜੇਕਰ ਆਪਾਂ ਕਹਿ ਦਈਏ ਕਿ ਖੇਡ ਮੈਦਾਨ ਦੇ ਵਿੱਚ ਜਿੱਥੇ ਖੇਡ ਟੂਰਨਾਮੈਂਟ ਅਲੱਗ ਅਲੱਗ ਹੁੰਦੇ ਆ, ਲੋਕ ਭਾਰ ਚੁੱਕਦੇ ਆ ਜਾਂ ਫਿਰ ਦੰਦਾਂ ਨਾਲ ਆਪਾਂ ਕਹਿ ਦਈਏ ਕਿ ਮੋਟਰਸਾਈਕਲ ਖਿੱਚ ਰਹੇ ਸੀਗੇ, ਹੋਰ ਤਰ੍ਹਾਂ ਦੇ ਐਕਟ ਕਰਦੇ, ਤੇ ਇਹ ਡਿਫਰੈਂਟ ਜਿਹੜਾ ਹੈਗਾ ਕਿ ਅੰਪਾਇਰ ਦਾ ਇਦਾਂ ਦਾ ਪ੍ਰਦਰਸ਼ਨ ਜਿਹੜਾ ਹੈਗਾ ਉਹ ਨਹੀਂ ਦੇਖਣ ਨੂੰ ਮਿਲਦਾ ਕਿਤੇ, ਤੇ ਕਿਵੇਂ ਇਹ ਕਨਸੈਪਟ ਜਿਹੜਾ ਪਹਿਲਾਂ ਦੇ ਮਨ 'ਚ ਆਇਆ ਜੀ? 10 ਮਹੀਨੇ ਪਹਿਲਾਂ ਮੇਰੇ ਫਾਦਰ ਸ਼ਕ ਐਕਸਪਾਇਰ ਹੋਏ ਸੀਗੇ, ਮੇਰਾ ਵੈਸੇ ਬੇਸਿਕਲੀ ਬਿਜ਼ਨਸ ਹੈਗਾ ਜੀ ਆਪਣੇ ਆੜੇ ਦਾ ਕੰਮ ਹੈ ਜੀ, ਤੇ ਇਕੱਲੇ ਕੋਲੋਂ ਮੇਰੇ ਕੋਲ ਮੈਨੇਜਮੈਂਟ ਸੰਭਾਲੀ ਨਹੀਂ ਗਈ ਤੇ ਆੜਾ ਆਪਾਂ ਦੇ ਰਹੇ ਠੇਕੇ ਤੇ, ਉਦੋਂ ਬਾਅਦ ਮੇਰੇ ਕੋਲ ਬਿਜ਼ਨਸ ਸਟਾਰਟ ਕਰਨ ਲਈ ਕੋਈ ਰੁਪਿਆ ਨਹੀਂ ਸੀਗਾ, ਤੇ 2 ਮਹੀਨੇ ਬੜੇ ਤੰਗ ਹੋਏ, ਆਲੂ ਪਿਆਜ਼ ਤੋਂ ਵੀ ਮੈਂ ਤੰਗ ਹੋਇਆ, ਤੇ ਫਿਰ ਪਰਮਾਤਮਾ ਨੇ ਅਸੀਂ ਬਾਂ ਫੜੀ, ਇੱਕ ਤਾਂ ਮੇਰੇ ਕੋਲ ਪੈਸੇ ਨਹੀਂ ਸੀਗੇ, ਬਿਨਾਂ ਪੈਸੇ ਇਨਵੈਸਟ ਕੀਤੇ ਇਸ ਤੋਂ ਤਕੜਾ ਬਿਜ਼ਨਸ ਮੈਨੂੰ ਕੋਈ ਨਹੀਂ ਮਿਲ ਸਕਦਾ। ਭੰਗੜੇ ਦਾ ਮੈਂ ਪਹਿਲਾਂ ਹੀ ਕੋਚ ਸੀਗਾ ਆਪਣੇ ਕਾਲਜਾਂ ਦੇ ਵਿੱਚ, ਉਦੋਂ ਬਾਅਦ ਭੰਗੜਾ ਵਿੱਚ ਵਾੜ ਕੇ ਆਪਣੀ ਥੋੜ੍ਹੀ ਮੈਂ ਜਿਮ ਸ਼ਿਮ ਹੀ ਮਾਰਦਾ, ਉਹੀ ਸਭ ਕਲਾ ਅਦਾਕਾਰੀ ਕਲਾਕਾਰੀ ਵਿੱਚ ਵਾੜ ਕੇ, ਤੇ ਅੱਜ ਪਰਮਾਤਮਾ ਨੇ ਅਸੀਂ ਮੈਂ ਫੜੀ ਆ ਉਹਨਾਂ ਸ਼ਗਰਾਨਾ ਜਿੰਨਾ ਕਰਨਾ ਥੋੜ੍ਹਾ ਜੀ। ਸ਼ੁਰੂਆਤ ਜਿਹੜੀ ਇਸ ਕਲਾ ਦੀ ਹੈਗੀ ਆ ਇਹ ਕਿਵੇਂ ਤੁਹਾਨੂੰ ਲੱਗਿਆ ਕਿ ਯਾਰ ਇਹ ਬਿਜ਼ਨਸ ਬਣ ਸਕਦਾ ਇੱਕ ਦਿਨ? ਪਹਿਲਾ ਜਿਹੜਾ ਫਸਟ ਇਹ ਇੰਟਰਟੇਨਮੈਂਟ ਜਿਹੜਾ ਕੀਤਾ ਗਿਆ ਤੁਹਾਡੇ ਵੱਲੋਂ ਕਿਹੜੀ ਜਗ੍ਹਾ ਕੀਤਾ ਗਿਆ ਤੇ ਕਿਵੇਂ ਕੀਤਾ ਗਿਆ? ਪਹਿਲਾ ਇੰਟਰਟੇਨਮੈਂਟ ਫਸਟ ਸ਼ੋਅ ਦਾ ਜੀ ਮੇਰਾ ਜੀ ਸਰਸੇ ਜੀ ਆਪਣੀ ਧਰਤੀ 'ਤੇ ਜੀ, ਅਤੇ ਉਹ ਤਾਂ ਮੈਂ ਐਜ਼ ਇੱਕ ਵੈਸੇ ਮਜ਼ਾਕੀਆ ਤੌਰ 'ਤੇ ਸ਼ੁਰੂ ਕੀਤਾ ਸੀ, ਦੋ ਕੁ ਦਿਨ ਦਰਸ਼ਕਾਂ ਨੂੰ ਖੁਸ਼ ਕੀਤਾ, ਤੀਜੇ ਦਿਨ ਮੈਂ ਗਿਆ ਨਹੀਂ, 10 ਦਿਨ ਦਾ ਟੂਰਨਾਮੈਂਟ ਸੀਗਾ, ਅਤੇ ਉੱਥੋਂ ਮੈਨੂੰ ਫੋਨ ਆ ਲੱਗੇ ਕਮੇਟੀ ਦੇ ਵੀ ਬੰਦੇ ਕਹਿ ਰਹੇ ਵੀ ਅਸੀਂ ਪੱਪੂ ਪਟਾਕਾ ਦੇਖਣਾ, ਅਸੀਂ ਮੈਚ ਮੁਚ ਦੇਖਣ ਨਹੀਂ ਆਏ। ਉਦੋਂ ਬਾਅਦ ਫਿਰ ਮੈਂ ਥੋੜ੍ਹਾ ਜਾਗਰੂਕ ਹੋਇਆ, ਮੈਂ ਕਿਹਾ ਯਾਰ ਲੋਕ ਪਸੰਦ ਕਰਦੇ ਆ, ਚਲੋ ਆਪਾਂ ਹੌਲੀ ਹੌਲੀ ਦੌਰ ਸ਼ੁਰੂ ਕਰਦੇ ਹਾਂ। ਫਿਰ ਅੱਜ ਦਾ ਦਿਨ ਗਿਆ, ਕੱਲ੍ਹ ਪਰਸੋਂ, ਹੌਲੀ ਹੌਲੀ 4 ਮਹੀਨੇ ਅੱਜ ਤੁਹਾਡੇ ਸਾਹਮਣੇ ਖੜਿਆ ਜੀ ਦੇਖੋ, ਅਤੇ ਲੋਕ ਪਸੰਦ ਕਰ ਰਹੇ ਆ, ਬਹੁਤ ਮਜ਼ਾ ਆ ਰਿਹਾ।
4 ਮਹੀਨੇ 'ਚ ਕਿੰਨੇ ਕੁ ਹੁਣ ਤੱਕ ਜਿਹੜੇ ਮੈਚ ਹੈਗੇ ਆ ਉੱਥੇ ਤੁਸੀਂ ਆਪਣੀ ਇਸ ਕਲਾ ਦਾ ਪ੍ਰਦਰਸ਼ਨ ਕਰ ਚੁੱਕੇ ਜੇ? ਜੀ 4 ਮਹੀਨੇ ਵਿੱਚ ਮੈਂ ਘੱਟੋ ਘੱਟ 70 ਟੂਰਨਾਮੈਂਟ ਲਾ ਲਏ ਜੀ। 70 ਟੂਰਨਾਮੈਂਟ ਦੇ? ਅੱਛਾ, ਇੱਕ ਹੋਰ ਗੱਲ ਹੈਗੀ ਆ ਕਿ ਜਦੋਂ ਟੂਰਨਾਮੈਂਟ 'ਤੇ ਸੱਦਦੇ ਆ ਲੋਕ, ਕੀ ਚਾਰਜ ਕੀ ਰਹਿੰਦੇ ਹੈਗੇ ਆ ਤੁਹਾਡੇ ਜਿਹੜੇ ਹੈਗੇ ਇਸ ਕਲਾ ਨੂੰ ਪ੍ਰਦਰਸ਼ਨ ਕਰਨ ਲਈ? ਪਰ ਡੇ ਹੁੰਦੇ ਆ ਚਾਰਜਸ ਜਾਂ ਫਿਰ ਹੋਰ ਕੁਛ ਹੁੰਦਾ ਤੁਹਾਡਾ ਰਹਿਣ ਸਹਿਣ ਨੂੰ ਜਾਂ ਫਿਰ ਫੇਅਰ ਨੂੰ ਲੈ ਕੇ ਕੁਛ? ਜੀ ਮੇਰਾ ਪਰ ਡੇ ਹੀ ਹੁੰਦਾ। ਆਪਾਂ ਜਿਵੇਂ ਸਰਸੇ ਲੋਕਲ ਜਿਵੇਂ 10-15 ਕਿਲੋਮੀਟਰ ਤੱਕ ਆਪਾਂ 2500 ਰੁਪਏ ਦਿਹਾੜੀ ਲੈਂਦੇ ਹਾਂ ਜੀ, ਅਤੇ ਬਾਹਰ ਆਪਾਂ 3500 ਰੁਪਏ ਦਿਹਾੜੀ ਫਿਕਸ ਹੀ ਰੱਖੀ ਹੋਈ ਆ। ਬਾਕੀ ਗੱਲ ਹੈ ਮੋਹ ਪਿਆਰ ਦੀ ਜੀ, ਬਾਕੀ ਹੱਥ ਬਣ ਕੇ ਜੋ ਦੇ ਦੇਣ ਸਿਰ ਮੱਥੇ, ਮੈਂ ਵੈਸੇ ਪਿਆਰ ਲੈਣ ਆਉਣਾ, ਪੈਸੇ ਕਮਾਉਣ ਤਾਂ ਆਉਂਦਾ ਹੀ ਨਹੀਂ ਜੀ, ਆਪਾਂ ਪਿਆਰ ਦੇ ਭੁੱਖੇ ਹਾਂ ਜੀ ਸ਼ੁਰੂ ਤੋਂ ਜੀ। ਪੱਪੂ ਪਟਾਕਾ ਦਾ ਅਸਲ ਨਾਮ ਕੀ ਹੈਗਾ? ਪੱਪੂ ਪਟਾਕਾ ਤੁਹਾਡਾ ਚਲੋ ਸੋਸ਼ਲ ਹੈਂਡਲ ਦੇ ਉੱਤੇ ਨਾਮ ਹੈ ਜਿਹੜਾ, ਉਹ ਲੋਕਾਂ ਦੇ ਪਹਿਚਾਣ ਤੁਹਾਨੂੰ ਦੇ ਦਿੱਤੀ, ਅਤੇ ਜਿੱਦਾਂ ਦੀ ਤੁਹਾਡੀ ਐਕਟ ਹੈਗਾ ਵਾ, ਐਕਟ ਦੇ ਨਾਲ ਉਹ ਪ੍ਰਸਿੱਧੀ ਵੀ ਜਿਹੜੀ ਹੈਗੀ ਆ ਅਸੀਂ ਦੇਖ ਰਹੇ ਹਾਂ ਕਿ ਹੌਲੀ ਹੌਲੀ ਚਲੋ ਲੋਕ ਜਦੋਂ ਕਲਾ ਨੂੰ ਪਸੰਦ ਕਰਦੇ ਹੈਗੇ ਤਾਂ ਆਟੋਮੈਟਿਕ ਬੰਦੇ ਦਾ ਨਾਮ ਜਿਹੜਾ ਹੈਗਾ ਬਣਦਾ। ਪਹਿਲਾਂ ਕੀ ਨਾਮ ਸੀਗਾ, ਕੋਈ ਪਛਾਣ ਸੀਗੀ ਪੱਪੂ ਪਟਾਕਾ ਦੀ, ਜਾਂ ਅਸਲ ਨਾਮ ਨੂੰ ਲੈ ਕੇ ਕੋਈ ਜਾਣ ਪਛਾਣ ਕਿਸ ਤਰ੍ਹਾਂ ਦੀ ਹੈਗੀ? ਅਸਲ ਨਾਮ ਦਾ ਮੇਰਾ ਮਨਿੰਦਰ ਸਿੰਘ ਹੈ, ਸਰਦਾਰ ਮਨਿੰਦਰ ਸਿੰਘ, ਉਹਨੂੰ ਕੋਈ ਨਹੀਂ ਜਾਣਦਾ, ਸ਼ਾਇਦ ਮੇਰੇ ਸਹੁਰੇ ਜਾਣਦੇ ਹੋਣਗੇ, ਅਤੇ ਹਾਂਜੀ ਉਹ ਵੀ ਵੈਸੇ ਮੇਰੇ ਸਹੁਰੇ ਵੀ ਮੈਨੂੰ ਨਹੀਂ ਕਹਿੰਦੇ ਵੀ ਮੈਨੂੰ ਪੱਪੂ ਪਟਾਕਾ ਖੁਸ਼ ਨੇ। ਮੈਂ ਆਪਣੀ ਮੈਰਿਜ ਤੋਂ ਬਾਅਦ ਨਾਮ ਚੇਂਜ ਕੀਤਾ ਸੀਗਾ, ਪਰ ਮੇਰੇ ਸਾਲੇ ਕਹਿੰਦੇ ਵੀ ਜੀਜਾ ਜੀ ਨਾਮ ਤੁਸੀਂ ਪੱਪੂ ਪਟਾਕਾ ਹੀ ਰੱਖੋ, ਅਤੇ ਪੱਪੂ ਪਟਾਕਾ ਇਹ ਫੀਲਡ ਦੇ ਵਿੱਚ ਇੰਨਾ ਫਿੱਟ ਬਹਿ ਜੂਗਾ ਮੈਨੂੰ ਇਹ ਨਹੀਂ ਪਤਾ ਸੀਗਾ ਜੀ। ਇਹ ਕਿੱਦਾਂ ਦਿਮਾਗ 'ਚ ਕਿੱਦਾਂ ਆਇਆ ਵੀ ਪੱਪੂ ਪਟਾਕਾ ਹੀ ਰੱਖਣਾ, ਤੁਸੀਂ ਤੁਹਾਨੂੰ ਹੋਰ ਨਾਮ ਨਹੀਂ ਕੋਈ ਜ਼ਿਆਦਾ ਵੀ ਹਾਂ ਠੀਕ ਆ ਆਹ ਰੱਖਿਆ ਜਾ? ਇਹ ਜੀ ਮੇਰੇ ਇੱਕ ਦੋਸਤ ਨੇ ਰੱਖਿਆ ਸੀ ਵੈਸੇ ਅੱਜ ਤੋਂ 10 ਸਾਲ ਪਹਿਲਾਂ ਜੀ, ਅਤੇ ਪਤਾ ਨਹੀਂ ਸੀ ਮੈਨੂੰ ਵੀ, ਵੈਸੇ ਮਜ਼ਾਕੀਆ ਤੌਰ 'ਤੇ ਰੱਖ ਲਿਆ, ਅਤੇ ਅੱਜ ਮੈਂ ਧੰਨਵਾਦ ਕਰਦਾ ਉਹ ਬੇਲੀ ਦਾ ਵੀ ਜਿਹਨੇ ਨਾਮ ਰੱਖਿਆ, ਐਸਾ ਟਿਕਾ ਕੇ ਰੱਖਿਆ ਜੀ, ਪੱਪੂ ਪਟਾਕਾ ਪੱਪੂ ਪਟਾਕਾ ਹੋਈ ਪਿਆ ਜੀ। ਕਿਹੜੇ ਪਟਾਕੇ ਪਾਉਂਦੇ ਰਹੇ ਹੋ ਯਾਰ ਦੋਸਤ ਦੇ ਨਾਲ ਜਿਹੜਾ ਉਹਨੇ ਨਾਮ ਤੁਹਾਡਾ ਵਾਲਾ ਰੱਖਿਆ? ਪਟਾਕੇ ਬਸ ਮੈਂ ਸ਼ਰਾਰਤੀ ਵਾਲਾ ਸੀਗਾ ਜੀ, ਲਾਮਾ ਲਾਮੇ ਮੈਂ ਬਹੁਤ ਲੈ ਕੇ ਆ ਘਰੇ, ਵੀ ਕ੍ਰਿਕਟ ਖੇਡਣ ਦਾ ਸ਼ੌਂਕ ਸੀਗਾ, ਅੱਜ ਇੰਨਾ ਸ਼ੀਸ਼ਾ ਤੋੜਦਾ, ਜਦੋਂ ਪਟਾਕੀ ਪਾਇਆ ਜੀ ਮੈਂ, ਬੂਹੇ ਬਾਰੀਆਂ ਤੋੜ ਕੇ ਲੋਕਾਂ ਦੇ, ਅਤੇ ਫਿਰ ਪੱਪੂ ਪਟਾਕਾ ਨਾਮ ਪਟਾਕਾ ਤੋੜਦੇ, ਬਸ ਮੈਂ ਹੱਥ ਪੈਰ ਤੋੜੇ ਲੋਕਾਂ ਦੇ, ਮੈਂ ਬੂਹੇ ਬਾਰੀ ਤੋੜੀਆਂ ਜੀ। ਠੀਕ ਹੈ, ਅੱਛਾ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਦੇਖੋ ਇਹ ਖੇਡਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਅੱਜ ਦਾ ਜਿਸ ਤਰ੍ਹਾਂ ਦਾ ਸਮਾਜ ਹੈਗਾ ਉੱਥੇ ਬਹੁਤ ਵੱਡਾ ਰੋਲ ਅਦਾ ਕਰਦੀਆਂ ਨੇ ਖੇਡਾਂ, ਜਦੋਂ ਨੌਜਵਾਨ ਹੁਣ ਜਿੱਦਾਂ ਇੱਥੇ ਵੱਡੀ ਗਿਣਤੀ 'ਚ ਜੁੜੇ ਨੇ ਨੌਜਵਾਨ, ਹੈ ਨਾ, ਅਤੇ ਇੱਕ ਚੰਗਾ ਉਪਰਾਲਾ ਕਹਿ ਸਕਦੇ ਜਿਹਦੇ ਸਥਾਨਕ ਨੌਜਵਾਨਾਂ ਦਾ ਹੈਗਾ ਵਾ, ਅਤੇ ਉਹਦੇ ਨਾਲ ਹੀ ਇੱਕ ਸੁਨੇਹਾ ਜਿਹੜਾ ਹੈਗਾ ਹੈ, ਕਿਉਂਕਿ ਇੱਕ ਕਲਾਕਾਰ ਜਿਹੜਾ ਹੈਗਾ ਵਾ ਸ਼ੁਰੂਆਤੀ ਦੌਰ ਹੁੰਦੇ ਆ ਬਹੁਤ ਸਾਰੇ, ਹਾਲੇ 4 ਮਹੀਨੇ ਦਾ ਜੇ ਦੌਰ ਹੈਗਾ ਵਾ, ਤਾਂ ਕਿਸ ਤਰ੍ਹਾਂ ਦਾ ਸੁਨੇਹਾ ਜਿਹੜਾ ਨੌਜਵਾਨਾਂ ਦੇ ਵਿੱਚ ਦੇਣਾ ਚਾਹੋਗੇ ਇਸ ਖੇਡਾਂ ਨੂੰ ਲੈ ਕੇ? ਸੁਨੇਹਾ ਤਾਂ ਮੈਂ ਭਾਅ ਜੀ ਇਹੀ ਕਹੂੰਗਾ, ਪਹਿਲੀ ਗੱਲ ਤਾਂ ਕੋਈ ਵੀ ਬੰਦਾ ਜੇਕੋ ਆਪਾਂ ਕਹਿ ਦਿੰਦੇ ਹੁੰਦੇ ਹਾਂ ਵੀ ਆਹ ਬੰਦਾ 2 ਮਹੀਨਿਆਂ 'ਚ 4 ਮਹੀਨਿਆਂ 'ਚ ਫੇਮ ਨੂੰ ਮਿਲ ਗਈ ਹੈ, ਉਹਦਾ ਤੁਸੀਂ ਬੈਕਵਰਡ ਨਹੀਂ ਦੇਖਦੇ ਹੁੰਦੇ ਵੀ ਬੰਦਾ ਕਿੰਨੇ ਐਫਰਟ ਕਰਕੇ ਆਇਆ ਜੀ, ਦੇਖੋ ਅਰ ਜੋ ਆਪਾਂ ਸੂਰਜ ਚਮਕਦਾ ਵੇਖਦੇ ਹਾਂ ਉਹਦੇ ਮਗਰ ਕਿੰਨੇ ਹਨੇਰੇ ਲੈ ਕੇ ਆਇਆ ਹੁੰਦਾ ਆਪਾਂ ਉਹ ਨਹੀਂ ਦੇਖਦੇ ਜੀ, ਅਤੇ ਮੇਰਾ ਪਿਛਲਾ ਦੌਰ ਕਾਫੀ ਬੁਰਾ ਸੀਗਾ ਅਤੇ ਮੈਂ ਉਹਨੂੰ ਯਾਦ ਵੀ ਨਹੀਂ ਕਰਨਾ ਚਾਹੁੰਦਾ, ਕਿਉਂਕਿ ਪਰਮਾਤਮਾ ਨੇ ਚੰਗੀ ਬਾਂਹ ਫੜੀ ਹੈ ਅਤੇ ਮੈਂ ਬਸ ਉਹਦੇ ਲੜ ਲੱਗਿਆ ਹੋਇਆ, ਅਤੇ ਨੌਜਵਾਨ ਨੂੰ ਇਹੀ ਮੈਂ ਕਹੂੰਗਾ ਦੇਖੋ ਖੇਡਾਂ ਨਾਲ ਜੁੜੋ, ਖੇਡਾਂ ਨਾਲ ਤੁਸੀਂ ਜੁੜੋ, ਅਤੇ ਖੇਡਾਂ ਵਿੱਚ ਇਸ ਟਾਈਮ ਤੁਹਾਨੂੰ ਜਿੰਨੀ ਫੇਮ ਤੁਹਾਨੂੰ ਕਬੱਡੀ ਕ੍ਰਿਕਟ 'ਚ ਮਿਲ ਸਕਦੀ ਕਿਤੇ ਨਹੀਂ ਮਿਲ ਸਕਦੀ। ਮੈਂ ਬਥੇਰੇ ਘਰ ਐਜੇ ਗਰੀਬ ਘਰ ਦੇਖੇ ਜਿਹਨਾਂ ਦੇ ਘਰੋਂ ਗਰੀਬੀ ਠੁੱਡੇ ਮਾਰ ਮਾਰ ਕੱਢੀ ਆ ਜੀ ਸਿਰਫ ਖੇਡਾਂ ਤੌਰ 'ਤੇ, ਅਤੇ ਥੋੜ੍ਹੀ ਬਹੁਤ ਮੇਰੀ ਵੀ ਦੂਰ ਹੁੰਦੀ ਪਈ ਆ, ਬਸ ਪਰਮਾਤਮਾ ਐਵੇਂ ਠੁੱਡੇ ਮਾਰ ਮਾਰ ਗਰੀਬੀ ਕੱਢੀ ਰੱਖੇ, ਅਤੇ ਮੈਂ ਕੋਸ਼ਿਸ਼ ਕਰਾਂਗਾ, ਮੈਂ ਤਾਂ ਕੀ ਆ ਜੀ, ਪਰਮਾਤਮਾ ਕੋਸ਼ਿਸ਼ ਕਰੇ ਕਿ ਪੱਪੂ ਪਟਾਕਾ ਅੱਗੇ ਤੋਂ ਕਦੀ ਆਵੇ ਜਲਦੀ, ਹੁਣ ਨਹੀਂ 1 ਸਾਲ ਬਾਅਦ 2 ਸਾਲ ਬਾਅਦ 3 ਸਾਲ ਬਾਅਦ ਵੀ ਆਪਦੀ ਗੱਡੀ ਲੈ ਕੇ ਆਵੇ, ਮੈਨੂੰ ਬਸ ਧੱਕੇ ਨਾ ਖਾਣੇ ਪੈਣ, ਇਹ ਬਸ ਤੁਹਾਡੇ ਸਦਕੇ ਹੋ ਸਕਦਾ ਜੀ। ਅੱਛਾ ਇੱਕ ਗੱਲ ਹੋਰ ਹੈਗੀ ਹੈ ਕਿ ਜਿਵੇਂ ਅੱਜ ਦਾ ਜਿਹੜਾ ਫੰਕਸ਼ਨ ਰਿਹਾ ਹੈਗਾ ਵਾ ਉਸ ਦੇ ਵਿੱਚ ਤੁਹਾਡਾ ਜਿਹੜਾ ਡਰੈਸ ਕੋਡ ਆ, ਅੱਜ ਤਾਂ ਚਲੋ ਠੀਕ ਹੈ ਕਿ ਪੱਗ ਬੰਨੀ ਜਾਂ ਫਿਰ ਜਿਹੜੇ ਕੱਪੜੇ ਹੈਗੇ ਆ ਤੁਸੀਂ ਡਿਫਰੈਂਟ ਪਾਏ, ਜਿਹੜੇ 2-3 ਦਿਨ ਤੋਂ ਅਸੀਂ ਦੇਖ ਰਹੇ ਸੀ ਕਿ ਜਿੱਦਾਂ ਕਿ ਨੌਜਵਾਨ ਜਿਹੜੇ ਹੈਗੇ ਖਾਸ ਤੌਰ ਤੁਹਾਨੂੰ ਦੇਖਣ ਲਈ ਇਸ ਟੂਰਨਾਮੈਂਟ ਦੇ ਵਿੱਚ ਆ ਰਹੇ ਹੈਗੇ, ਅਤੇ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਉਸ ਚੀਜ਼ ਨੂੰ ਲੈ ਕੇ, ਐਕਟ ਨੂੰ ਲੈ ਕੇ ਜਾਂ ਡਰੈਸ ਅਪ ਨੂੰ ਲੈ ਕੇ? ਜੀ ਮੈਂ ਥੀਮ ਪਹਿਲਾਂ ਪਟਕਾ ਸ਼ੁਰੂ ਤੋਂ ਮੈਂ ਪਹਿਲੇ ਨਵਾਂ ਨਵਾਂ ਜਦੋਂ ਬੰਨਿਆ ਮੇਰੀ ਮਿਸਿਜ਼ ਤਾਂ ਬਾਹਲੀ ਹੱਸੀ, ਕਹਿੰਦੇ ਤੁਸੀਂ ਨਾ ਕਰੋ ਐਵੇਂ, ਮੇਰੇ ਸਹੁਰੇ ਕੀ ਕਹਿਣਗੇ ਵੀ ਜਾਣੀ ਕਿ ਮੇਰੇ ਫਾਦਰ ਨੂੰ ਲਓ, ਮੈਂ ਕੋਈ ਗੱਲ ਨਹੀਂ ਇੱਕ ਵਾਰੀ ਤੂੰ ਖੁਸ਼ ਰਹਿਣਾ
ਮੈਨੂੰ ਕੋਈ ਪਰਵਾਹ ਨਹੀਂ, ਮੈਂ ਸ਼ੁਰੂ ਕੀਤਾ। ਉਸ ਤੋਂ ਬਾਅਦ ਜਦੋਂ ਮੈਂ ਪੰਜਾਬ 'ਚ ਜਾਣਾ ਸੀਗਾ, ਪਰ ਮੇਰਾ ਦਿਮਾਗ 'ਚ ਥੀਮ ਸੋਚੀ ਹੋਈ ਸੀ ਕਿ ਮੈਂ ਬੋ ਲਾ ਕੇ ਬਲੈਕ ਕੌਨਸੈਪਟ ਰੱਖ ਕੇ ਵਧੀਆ ਦਾ ਇਹ ਬਣ ਕੇ ਜਾਣਾ ਜੀ, ਲੋਕ ਕੁਛ ਮਰਜ਼ੀ ਸੋਚਣ। ਅਤੇ ਉਦੋਂ ਬਾਅਦ ਉਹ ਡਰੈਸਅਪ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ, ਮੈਨੂੰ ਵੀ ਬਹੁਤ ਪਿਆਰ ਦਿੱਤਾ। ਅਤੇ ਮੈਂ ਤੈਨੂੰ ਦਿਲੋਂ ਧੰਨਵਾਦ ਕਰਦਾ ਸਾਰੇ ਪੰਜਾਬ ਦਾ ਜੀ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਅੱਜ ਮੈਂ ਦੇਖੋ ਪਰਮਾਤਮਾ ਤਾਂ ਹੁੰਦਾ ਹੀ ਹੁੰਦਾ ਰੋਟੀ ਦੇ ਨਾਲ, ਪਰ ਉਹਦੇ ਪੰਜਾਬ ਦਾ ਬਹੁਤ ਵੱਡਾ ਹੱਥ ਹੈ ਭਾਜੀ, ਬਹੁਤ ਵੱਡਾ। ਅਤੇ ਲਵ ਯੂ ਪੰਜਾਬੀਓ, ਲਵ ਯੂ ਪੰਜਾਬ। ਧੰਨਵਾਦ ਫੇਰ ਕਰਾਂਗੇ ਮੁਲਾਕਾਤ। ਤਾਂ ਮੇਰੇ ਨਾਲ ਉਹ ਨੌਜਵਾਨ ਮੌਜੂਦ ਨੇ ਜਿਨ੍ਹਾਂ ਵੱਲੋਂ ਇਹ ਟੂਰਨਾਮੈਂਟ ਜਿਹੜਾ ਹੈਗਾ ਉਹ ਕਰਵਾਇਆ ਜਾ ਰਿਹਾ। ਭਾਜੀ ਪਹਿਲਾਂ ਤਾਂ ਕੀ ਨਾਮ ਹੈਗਾ? ਹਾਂਜੀ ਪਵਨ ਸ਼ਰਮਾ ਜੀ। ਪਵਨ ਸ਼ਰਮਾ ਜੀ, ਸੱਦਿਆ ਗਿਆ ਪੱਪੂ ਪਟਾਕਾ ਜੀ ਨੂੰ 325 ਕਿਲੋਮੀਟਰ, ਕਿਵੇਂ ਰਾਬਤਾ ਕਿਵੇਂ ਜਾਂ ਫਿਰ ਕਿੱਥੇ ਦੇਖਿਆ? ਹਾਂਜੀ ਜੀ, ਇਹਦੇ ਵਿੱਚ ਸਾਰਾ ਸਹਿਯੋਗ ਹੈ NRI ਦਾ, ਇੱਕ ਕਮੇਟੀ ਦਾ ਹੈਗਾ ਜੀ। NRI ਨਾ ਔਨਲਾਈਨ ਆਪਣੇ ਮੈਚ ਦੇਖਦੇ ਰਹਿੰਦੇ ਨੇ, ਉਹਨਾਂ ਨੂੰ ਕਾਫੀ ਇੱਛਾ ਸੀਗੀ ਆਪਣਾ ਟੂਰਨਾਮੈਂਟ ਅਗਲੀ ਵਾਰ ਹੋਰ ਬਿਹਤਰ ਬਣਾਇਆ ਜਾਵੇ। ਇਹਦੇ ਕਰਕੇ ਆਪਾਂ ਕਮੈਂਟਰੀ ਵਾਲੇ ਅਤੇ ਦੂਸਰਾ ਜਿਹੜੇ ਅੰਪਾਇਰ ਆ ਦੂਰ ਦੂਰ ਤੋਂ ਸੱਦੇ, ਮਤਲਬ ਕਿ 2-3 ਜਣਿਆਂ ਨਾਲ ਰਿਕਮੈਂਡ ਹੋਈ ਕਿ ਭਾਈ ਦਾ ਨਾਂ ਦਿੱਤਾ, ਫਿਰ ਇਹਨਾਂ ਦੀਆਂ ਵੀਡੀਓ ਦੇਖੀਆਂ ਅਤੇ ਸਾਰਿਆਂ ਨੂੰ ਪਸੰਦ ਆਇਆ। ਅਤੇ ਫਿਰ ਕਮੇਟੀ ਨੇ ਡਿਸਾਈਡ ਕੀਤਾ ਕਿ ਪੱਪੂ ਪਟਾਕਾ ਜੀ ਨੂੰ ਹੀ ਇਸ ਵਾਰ ਲਿਆਇਆ ਜਾਏਗਾ। ਕੀ ਲੱਗਦਾ ਜਿੱਦਾਂ ਇਕੱਠ ਕਿਤੇ ਨਾ ਕਿਤੇ ਰੈਲੀਆਂ ਦੇ ਵਿੱਚ ਆਪਾਂ ਕਲਾਕਾਰਾਂ ਨੂੰ ਸੱਦਦੇ ਹਾਂ, ਤਾਂ ਇੱਥੇ ਫਿਰ ਤੁਹਾਨੂੰ ਇਹ ਵੀ ਕਲਾਕਾਰ ਵੀ ਕਹਿ ਲਓ ਜਾਂ ਫਿਰ ਅੰਪਾਇਰ ਕਹਿ ਲਓ? ਹਾਂਜੀ ਦੇਖੋ ਜੀ, ਹਰ ਚੀਜ਼ ਨੂੰ ਜਦੋਂ ਕੋਈ ਚੀਜ਼ ਆਉਂਦੀ ਨਵੀਂ, ਅਤੇ ਕਈ ਚੀਜ਼ਾਂ ਦੀ ਐਕਟੀਵਿਟੀ ਕੋਈ ਦੇਖਦਾ ਅਤੇ ਕਈਆਂ ਨੂੰ ਬੈਟਰ ਲੱਗਦੀ ਆ ਜੀ। ਹੁਣ ਜਦੋਂ ਸਾਨੂੰ ਕੋਈ ਆਪਸ਼ਨ ਦਿੰਦੇ ਆ ਕਿ ਹਾਂ ਜੀ ਤੁਸੀਂ ਆਹ ਚੀਜ਼ ਵਧੀਆ ਕੀਤੀ ਆ, ਅਤੇ ਅਸੀਂ ਹਰ ਸਾਲ ਕੁਛ ਨਵੇਂ ਤੋਂ ਨਵਾਂ ਕਰਨਾ ਚਾਹੁੰਦੇ ਹਾਂ। ਅਤੇ ਇਹਦੇ ਕਰਕੇ ਜੋ ਕੋਈ ਵੀ ਸਾਨੂੰ ਸਲਾਹ ਦਿੰਦਾ ਵਾ, ਜਿਹੜੀ ਸਾਨੂੰ ਚੰਗੀ ਲੱਗਦੀ ਆ ਕਿ ਆਪਾਂ ਨੂੰ ਵੀ ਸਾਰੇ ਇੰਟਰਟੇਨਮੈਂਟ ਹੋ ਰਹੇ ਆ, ਕਿ ਜਿਸ ਤਰ੍ਹਾਂ ਪਹਿਲਾਂ ਤਾਂ 4th ਦਿਨ ਜਿੱਦਾਂ ਰਸ਼ ਰਹਿੰਦਾ ਸੀ, ਹੁਣ ਜਿਹੜੇ 4 ਦਿਨ ਲੰਘੇ ਨੇ ਟੋਟਲੀ ਇੱਦਾਂ ਹੀ ਰਸ਼ ਰਿਹਾ ਹੈ, ਕਿ ਸਾਰੇ ਇਹਨਾਂ ਨੂੰ ਤਾਰੀਫ ਹੀ ਕਰਦੇ ਆ, ਬਹੁਤ ਵਧੀਆ ਕੰਮ। ਰਸ਼ ਰੱਖਣ ਦਾ ਮੰਤਵ ਕੀ ਹੈਗਾ? ਦੇਖੋ ਜੀ, ਬੱਚੇ ਜਿੰਨੇ ਵੀ ਆ ਰਹੇ ਨੇ, ਪਹਿਲੀ ਗੱਲ ਤਾਂ ਇਹ ਆ ਕਿ ਸਾਰਿਆਂ ਨੂੰ ਅਸੀਂ ਇਹੀ ਸੰਦੇਸ਼ ਦੇਵਾਂਗੇ ਕਿ ਖੇਡਾਂ ਨਾਲ ਜੁੜਨਾ, ਕਿ ਜਿੰਨਾ ਨਸ਼ਿਆਂ ਦੂਰ ਰਿਹਾ ਜਾਂਦਾ ਵਾ, ਕਿ ਨਸ਼ਾ ਦੂਰ ਰਹਿਣ ਦਾ ਪਹਿਲਾਂ ਮੇਨ ਮੋਟਿਵ ਹੀ ਆ ਕਿ ਖੇਡਾਂ ਹੀ ਆ, ਇਹ ਮੋਟੀਵੇਸ਼ਨ ਸਭ ਤੋਂ ਜ਼ਿਆਦਾ ਇਹਨਾਂ ਨੂੰ ਮਿਲਦਾ ਹੈ, ਅਤੇ ਸਾਡਾ ਇਹੀ ਦਿਸ਼ਾ ਦੇਣੀ ਚਾਹੁੰਦੇ ਹਾਂ। ਤਾਂ ਬਿਲਕੁਲ, ਬਹੁਤ ਸਾਰੇ ਨੌਜਵਾਨ ਹੈ। ਭਾਜੀ ਕਿੱਥੋਂ ਆਏ ਹੋ? ਮੈਂ ਅੰਮ੍ਰਿਤਸਰ ਤੋਂ ਜੀ। ਕੀ ਨਾਮ ਹੈ? ਮੇਰਾ ਨਾਮ ਨੀਰਜ ਹੈ ਜੀ। ਖਾਸ ਤੌਰ 'ਤੇ ਕਿਉਂ ਆਏ? ਮੈਂ ਬਸ ਇੱਕ ਤਾਂ ਆਪਣੇ ਭਰਾਵਾਂ ਨੇ ਇੱਥੇ ਟੂਰਨਾਮੈਂਟ ਕਰਾਇਆ ਸੀਗਾ, ਉਹ ਵੇਖਣਾ, ਨਾਲ ਮੈਂ ਇੱਕ ਇਹਨਾਂ ਦੀ ਅੰਪਾਇਰਿੰਗ ਦਾ ਬਹੁਤ ਫੈਨ ਹੋਇਆ, ਉਸ ਕਰਕੇ ਮੈਂ ਸਪੈਸ਼ਲ ਅੰਮ੍ਰਿਤਸਰੋਂ ਮੈਚ ਵੇਖਣ ਆਇਆ ਜੀ। ਧੰਨਵਾਦ। ਤਾਂ ਇਹ ਨੌਜਵਾਨ ਨੇ ਜਿਨ੍ਹਾਂ ਵੱਲੋਂ ਰਈਏ ਦੇ ਵਿੱਚ ਇਸ ਸਮੇਂ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਟੂਰਨਾਮੈਂਟ ਹੈਗਾ ਕ੍ਰਿਕਟ ਦਾ, ਉਹ ਕਰਵਾਇਆ ਜਾ ਰਿਹਾ, ਔਰ ਇਸ ਦੌਰਾਨ ਜਿਹੜਾ ਹੈਗਾ ਇਸ ਕਹਿ ਲਓ ਕਿ ਖੇਡ ਨੂੰ ਲੈ ਕੇ ਜਿੱਥੇ ਪ੍ਰਫੁੱਲਿਤ ਕਰਨ ਦੇ ਲਈ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੁੜਨ ਲਈ ਅਲੱਗ ਅਲੱਗ ਉਪਰਾਲੇ ਜਿਹੜੇ ਹੈਗੇ ਸਥਾਨਕ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਨੇ, ਉੱਥੇ ਹੀ ਕੁਝ ਅਜਿਹੇ ਕਹਿ ਸਕਦੇ ਹਾਂ ਕਿ ਕਲਾਕਾਰ ਜਿਨ੍ਹਾਂ ਨਾਲ ਅੱਜ ਤੁਹਾਡੀ ਮੁਲਾਕਾਤ ਕਰਵਾਈ ਗਈ ਹੈਗੀ ਆ, ਤਾਂ ਉਹਨਾਂ ਵੱਲੋਂ ਵੀ ਇਸ ਨੂੰ ਇੱਕ ਅਲੱਗ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਪੇਸ਼ ਕੀਤਾ ਜਾ ਰਿਹਾ।